I'm not the only one.
ਗੋਲੀਅਤ ਮੇਰਾ ਕੁਝ ਵੀ ਨਹੀਂ ਵਿਗਾੜ ਸਕਦਾ ਹੈ।
ਉਸ ਸਮੇਂ ਉਹਨੇ ਹਾਲਾਤ ਦੇ ਵੱਲ ਮਨ ਨਹੀਂ ਲਗਾਇਆ ਕਲੀਸੀਆ, ਉਹਨੇ ਮਨ ਲਗਾਇਆ ਪਰਮੇਸ਼ਵਰ ਦੇ ਵੱਲ। ਪਰ ਅਸੀਂ ਕੀ ਕਰਦੇ ਹਾਂ, ਬਹੁਤ ਸਾਰੇ ਲੋਕ ਨੇ ਜੋ ਛੋਟੇ ਜਿਹੇ ਹਾਲਾਤ ਨੂੰ ਵੇਖ ਕੇ ਹਾਲਾਤ 'ਤੇ ਮਨ ਲਗਾ ਲੈਂਦੇ ਨੇ, ਹਾਲਾਤਾਂ ਨੂੰ ਬੋਲਦੇ ਨੇ ਕਿ ਤੂੰ ਮੇਰੀ ਜ਼ਿੰਦਗੀ 'ਚ ਕਿਉਂ ਆ ਗਿਆ ਵਾ। ਹਾਲਾਤਾਂ ਨੂੰ ਬੋਲ ਬੋਲ ਕੇ ਅਸੀਂ ਉਹਨੂੰ ਵੱਡਾ ਕਰ ਦਿੰਦੇ ਹਾਂ। ਅਸੀਂ ਉਸ ਸਮੇਂ ਇਹ ਨਹੀਂ ਸੋਚਦੇ ਕਿ ਜੋ ਪਰਮੇਸ਼ਵਰ ਸਾਡੇ ਨਾਲ ਹੈ ਉਹ ਵੱਡਾ ਹੈ, ਇਹ ਹਾਲਾਤ ਵੱਡਾ ਨਹੀਂ ਹੈ ਜੋ ਮੇਰੇ ਜੀਵਨ 'ਚ ਆ ਗਿਆ ਹੈ। ਉਸ ਸਮੇਂ ਅਗਰ ਅਸੀਂ ਹਾਲਾਤਾਂ ਨੂੰ ਬੋਲਾਂਗੇ ਕਿ ਹਾਲਾਤ ਮੇਰੇ ਜੀਵਨ ਨੂੰ ਛੱਡ ਕੇ ਹੁਣੇ ਇਸ ਸਮੇਂ ਚਲਾ ਜਾ, ਤੇਰਾ ਕੋਈ ਅਧਿਕਾਰ ਨਹੀਂ ਹੈ ਮੇਰੇ ਜੀਵਨ ਦੇ ਵਿੱਚ, ਕਿਉਂਕਿ ਮੇਰਾ ਪਰਮੇਸ਼ਵਰ ਮੇਰੇ ਨਾਲ ਹੈ ਜੋ ਕਿ ਸਭ ਕੁਛ ਕਰਨ ਦੀ ਤਾਕਤ ਰੱਖਦਾ ਹੈ, ਅਤੇ ਉਹ ਹਾਲਾਤ ਜ਼ੀਰੋ ਹੋ ਜਾਏਗਾ ਕਲੀਸੀਆ, ਉਹ ਚਲਾ ਜਾਏਗਾ ਤੁਹਾਡੇ ਜੀਵਨ ਦੇ ਵਿੱਚੋਂ। ਲਗਾਈਏ ਆਪਣੇ ਮਨਾਂ ਨੂੰ ਕਲੀਸੀਆ ਪਰਮੇਸ਼ਵਰ ਦੇ ਨਾਲ, ਅਤੇ ਬੋਲੀਏ ਆਪਣੇ ਹਾਲਾਤਾਂ ਨੂੰ ਕਿ ਤਫਾ ਹੋ ਜਾ ਮੇਰੇ ਜੀਵਨ ਦੇ ਵਿੱਚੋਂ ਹੁਣੇ ਇਸ ਸਮੇਂ, ਨਿਕਲ ਜਾ ਮੇਰੇ ਜੀਵਨ ਦੇ ਵਿੱਚੋਂ, ਕਿਉਂਕਿ ਮੇਰਾ ਪਰਮੇਸ਼ਵਰ ਮੇਰੇ ਨਾਲ ਹੈ, ਉਹਨੇ ਹੀ ਮੈਨੂੰ ਜ਼ਿੰਦਗੀ ਜਿਉਣ ਦਾ ਹੁਨਰ ਸਿਖਾਇਆ ਹੈ। ਲਗਾਈਏ ਆਪਣੇ ਮਨਾਂ ਨੂੰ ਕਲੀਸੀਆ ਪਰਮੇਸ਼ਵਰ ਦੇ ਨਾਲ। ਜਦੋਂ ਦਿਲ ਤੋੜਿਆ ਉਹਨੇ
यीशु ने ओ मैनू जिंदगी जीण दा हुनर बने